ਤੁਹਾਨੂੰ ਪਤਾ ਹੈ ਜਿਹੜੀ ਰਾਮ ਮੰਦਰ ਰਾਮ ਲੀਲਾ ਦੀ ਮੂਰਤ ਬਣੀ ਆ ਉਹਦੇ ਨੀਚੇ ਬੇਸ ਤੇ ਕਮਲ ਦੇ ਫੁੱਲ ਤੇ ਖੜਾ ਉਹਨਾਂ ਨੂੰ ਬੋਰਡ ਲੱਗਦੇ ਆ ਬੜੇ ਬੜੇ, ਮੋਦੀ ਦੀ ਫੋਟੋ ਐਡੀ ਆ, ਰਾਮ ਜੀ ਦੀ ਫੋਟੋ ਐਡੀ ਆ, ਖਾਟੂ ਬਾਬਾ ਦੀ ਫੋਟੋ ਐਡੀ ਹੁੰਦੀ ਆ, ਘਨੱਈਆ ਮਿੱਤਲ ਦੀ ਫੋਟੋ ਐਡੀ ਹੁੰਦੀ ਆ। ਤੇ ਉਹ ਅਮਿਤ ਸ਼ਾਹ ਜਿਹੜਾ ਹੈਗਾ ਜਿਹੜਾ ਕਹਿੰਦਾ ਵੀ ਹਾਂ ਉਹ ਬੰਦੀ ਸਿੰਘਾਂ ਬਾਰੇ ਵੀ ਹਾਂ ਵੀ ਜਾ ਮਾਫ਼ੀ ਮੰਗ ਲੈਣੀ ਆ, 14 ਸਾਲ ਦੀ ਜਗ੍ਹਾ 28 ਸਾਲ 32 ਸਾਲ ਉਹ ਭੁਗਤ ਚੁੱਕੇ ਨੇ, ਹੈਂ ਮਾਫ਼ੀ ਕਿਸ ਚੀਜ਼ ਦੀ ਹੁੰਦੀ ਹੈ ਜੀ? ਭਾਅ ਜੀ ਲੋਕਾਂ ਨੂੰ ਬੱਚੇ ਨੂੰ ਪਤਾ ਹੈ ਵੀ ਇਹ ਸੱਤਾ ਕਰੀ ਜਾ ਰਹੀ ਹੈ, ਮੈਂ ਤੁਹਾਨੂੰ ਦੱਸਾਂ, ਪਰ ਲੋਕ ਡਰਦੇ ਨੇ ਵੀ ਜਾਂ ਤਾਂ ਕੁਛ ਭਾਵੁਕ ਹੋ ਕੇ ਵੀ ਧਰਮ ਦੇ ਨਾਂ 'ਤੇ ਵੀ ਹਾਂ ਵੀ ਘੁੰਮਾ ਦੇਣਗੇ ਗੱਲ ਨੂੰ ਵੀ ਨਹੀਂ ਜੀ ਰਾਮ, ਮੈਂ ਕਹਿੰਦੇ ਰਾਮ ਤਾਂ ਸਭ ਦੇ ਦਿਲ 'ਚ ਆ। ਰਾਮ ਲੱਲਾ ਤੋਂ ਬਾਅਦ ਸਾਰੀਆਂ ਸਮੱਸਿਆਵਾਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ? ਨਹੀਂ ਤੁਸੀਂ ਇਹ ਦੇਖੋ ਜੀ ਜਿਹੜਾ ਪਰਮਾਤਮਾ ਤੁਸੀਂ ਕੀ ਕਹਿੰਦੇ ਹੋ ਆ, ਤੁਸੀਂ ਹੁਣੇ ਗੱਲ ਕਹਿ ਕੇ ਹਟੇ ਹੋ, ਪਰਮਾਤਮਾ ਕਿਤੇ ਹੋਣਾ ਹੈ, ਉਹ ਤਾਂ ਯੁਗਾਂ ਯੁਗਾਂ ਤੋਂ ਚੱਲਣ ਆ ਰਿਹਾ। ਸੱਤ ਵਰਸ਼ ਸੇ ਗਾਇਆ ਹੈ ਹਨੂਮਤ ਹੀ ਸੁਣਾਇਆ ਹੈ, ਬਾਲਾ ਜੀ ਕੇ ਭਗਵਾਨ ਕੋ ਮੇਰੇ ਪਿਆਰੇ ਰਾਮਾ ਕੋ ਵੋਟੋ ਮੈਂ ਘੁਮਾਇਆ ਹੈ, ਮੇਰੇ ਪਿਆਰੇ ਨਾਮਾ ਕੋ ਵੋਟੋ ਮੈਂ ਘੁਮਾਇਆ ਹੈ। ਅਸੀਂ ਤਾਂ ਗੀਤਕਾਰ ਅਸੀਂ ਤਾਂ ਕਲਾਕਾਰ ਹਾਂ, ਸਾਡੀ ਤਾਂ ਕਲਪਨਾ ਹੈ, ਇਹ ਤਾਂ ਅਸੀਂ ਮਹਿਸੂਸ ਕੀਤਾ, ਕਲਪਨਾ ਕਰੀ ਲਿਖਤਾ, ਤੁਸੀਂ ਜੋ ਮਰਜ਼ੀ ਲਿਖ ਦਿਓ, ਬਾਕੀ ਤੁਹਾਨੂੰ ਕੋਈ ਨਾ ਪੁੱਛੇ। ਵੋ ਸ਼ਾਮ ਕੋ ਆਏਂਗੇ ਮਨ ਕੀ ਬਾਤ ਸੁਣਾਏਂਗੇ, 24 ਮੈਂ ਅਬ ਕੀ ਹਮ ਜਨਤਾ ਕੀ ਸੁਣਾਏਂਗੇ, 24 ਮੈਂ ਅਬ ਕੀ ਹਮ ਆਪਣੀ ਵੀ ਸੁਣਾਏਂਗੇ। ਤੁਸੀਂ ਸ਼ੰਕਰਾਚਾਰਿਆ ਦਾ ਜ਼ਿਕਰ ਕਰਿਆ, ਸ਼ੰਕਰਾਚਾਰਿਆ ਚਾਰ ਰੌਲਾ ਪਾ ਰਹੇ ਨੇ ਵੀ ਠੀਕ ਨਹੀਂ ਠੀਕ ਨਹੀਂ ਠੀਕ ਨਹੀਂ, ਉਹਨਾਂ ਨੂੰ ਲੈ ਕੇ ਬਹੁਤ ਸਾਰੇ ਲੋਕ ਉਹਨਾਂ 'ਤੇ ਵੀ ਸਵਾਲ ਚੁੱਕ ਰਹੇ ਨੇਗੇ। ਸ਼ੰਕਰਾਚਾਰਿਆ ਨੂੰ ਸਵਾਲ ਵੀ ਜੋ ਉੱਪਰ ਜੋ ਗੋਦੀ ਮੀਡੀਆ ਕਹਿ ਰਿਹਾ ਨਾ, ਜੋ ਲਿਖ ਕੇ ਭੇਜ ਰਿਹਾ, ਉਹੀ ਪੁੱਛਿਆ ਜਾ ਰਿਹਾ, ਬਾਰ ਬਾਰ ਉਕਸਾਇਆ ਜਾ ਰਿਹਾ। ਉਹ ਸ਼ੰਕਰਾਚਾਰਿਆ ਸਾਫ਼ ਕਹਿ ਰਹੇ ਨੇ ਵੀ ਤੁਸੀਂ ਆਪਣੇ ਸਵਾਲ ਇੱਦਾਂ ਘੁਮਾ ਕੇ ਕਰ ਰਹੇ ਹੋ, ਚੀਜ਼ ਚਾਹੁੰਦੇ ਕੀ ਹੋ, ਜੋ ਮੈਂ ਕਹਿ ਰਿਹਾ ਉਹ ਤਾਂ ਤੁਸੀਂ ਦਿਖਾਉਣਾ ਵੀ ਨੀਗਾ। ਜਿਹੜਾ ਘਨੱਈਆ ਮਿੱਤਲ ਕਹਿ ਰਹੇ ਨੇ ਵੀ ਮੋਦੀ ਜੀ ਅਤੇ ਯੋਗੀ ਜੀ ਲੈ ਕੇ ਆਏ ਨੇ, ਤਾਂ ਉਹਨਾਂ ਨੂੰ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਵੀ ਜੇ ਅੱਜ ਪ੍ਰਭੂ ਰਾਮ ਹੁੰਦੇ ਤਾਂ ਜਿਹਨਾਂ ਨੂੰ ਇਹ 80 ਕਰੋੜ ਲੋਕਾਂ ਨੂੰ ਇਹ ਭੋਜਨ ਦੇ ਰਹੇ ਆ, ਤਾਂ ਉਹ ਪ੍ਰਭੂ ਰਾਮ ਚਾਹੁੰਦੇ ਕਿ ਮੈਨੂੰ ਇੰਨਾ ਪੈਸਾ ਲਾ ਕੇ ਮੇਰੇ ਲਈ ਤੁਸੀਂ ਇਹ ਮਹਿਲ ਖੜਾ ਕਰੋ, ਅਤੇ ਮੇਰੀ ਪ੍ਰਜਾ ਜਿਹੜੀ 80 ਕਰੋੜ ਹੈਗੀ ਹੈ ਅਤੇ ਉਹ ਰੋਟੀ ਲਈ ਵੀ ਸਮਰਥ ਨਹੀਂ ਆ, ਉਹਨੂੰ ਇੱਕ ਸ਼ਬਦ ਨਹੀਂ ਮੈਂ ਵਰਤਣਾ ਚਾਹੁੰਦਾ ਵੀ ਜਿਹੜੀ ਸਰਕਾਰ 80 ਕਰੋੜ ਬੰਦਿਆਂ ਨੂੰ ਰੋਟੀ ਦੇ ਰਹੀ ਆ, ਉਹਨਾਂ ਨੂੰ ਇੰਨਾ ਕੁਛ ਨਹੀਂ ਦੇ ਸਕੀ, ਇੰਨਾ ਸਮਰਥ ਨਹੀਂ ਕਰ ਸਕੀ ਕਿ ਉਹ ਆਪ ਕਮਾ ਕੇ ਖਾ ਸਕੇ। ਸਤਿ ਸ਼੍ਰੀ ਅਕਾਲ। ਅਯੁੱਧਿਆ ਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਰਾਮ ਲੱਲਾ ਦੀ, ਉਸ ਨੂੰ ਲੈ ਕੇ ਜੇ ਦੇਖਿਆ ਜਾਵੇ ਸਿਆਸੀ ਤੌਰ 'ਤੇ ਬਹੁਤ ਵਾਦ ਵਿਵਾਦ ਹੈ ਅਤੇ ਨਾਲ ਪ੍ਰੇਮੀ ਬਹੁਤ ਨੇਗੇ, ਪਰ ਇਸ ਚੀਜ਼ ਤੋਂ ਲੈ ਕੇ ਜੇ ਦੇਖਿਆ ਜਾਵੇ ਕਿ ਜਿਹੜਾ ਹਿੰਦੂ ਹੈ ਉਹ ਆਪਦੇ ਭਗਵਾਨ ਰਾਮ ਨੂੰ ਲੈ ਕੇ ਸਮਰਪਿਤ ਆ ਸੋਚਦਾ, ਪਰ ਉਹਨੂੰ ਖੈਰ ਕੋਈ ਸਿਆਸਤ ਨਾਲ ਮਤਲਬ ਨਹੀਂ, ਉਹਨੂੰ ਉਹਦੇ ਕੋਈ ਲਾਹੇ ਨਾਲ ਮਤਲਬ ਨਹੀਂ, ਕਿਉਂਕਿ ਉਹਦੀ ਸ਼ਰਧਾ ਹੈਗੀ। ਦੂਜੇ ਪਾਸੇ ਗੱਲ ਇਹ ਹੈ ਕਿ ਜਿਵੇਂ ਸਿਆਸੀ ਤੌਰ 'ਤੇ ਲਾਜ਼ਮੀ ਜੀ ਗੱਲ ਹੈ ਕਿ ਸਿਆਸੀ ਪਾਰਟੀਆਂ ਦਾ ਲਾਹਾ ਲੈਣ ਨੂੰ ਫਿਰਦੀ ਹੀ ਨੇ, ਪਰ ਗੱਲ ਇਹ ਵੀ ਜੋ ਪ੍ਰਕਰਨ ਪੂਰਾ ਚੱਲ ਰਿਹਾ, ਜਿਹੋ ਜਿਹਾ ਸਿਸਟਮ ਚੱਲ ਰਿਹਾ, ਉਹਦੇ ਵਿੱਚ ਇੱਕ ਹਿੰਦੂ ਕੀ ਸੋਚਦਾ, ਅਤੇ ਦੂਜੇ ਪਾਸੇ ਗੱਲ ਇਹ ਕਿ ਇੰਨੀ ਕੱਟੜਤਾ ਦਿਖਾ ਕੇ ਆਪਸੀ ਭਾਈਚਾਰੇ ਨੂੰ ਅਸੀਂ ਵਧਾਵਾ ਦੇ ਸਕਦੇ ਹਾਂ। ਯੋਗੇਸ਼ ਜੀ ਨੇ ਮੇਰੇ ਨਾਲ, ਅਤੇ ਇਹਨਾਂ ਨਾਲ ਮੈਂ ਤਾਂ ਗੱਲ ਕਰਨ ਲੱਗਿਆ ਕਿ ਇਹਨਾਂ ਦਾ ਪਿੱਛੇ ਜੇ ਸੌਂਗ ਵੀ ਆਇਆ ਸੀ, ਅਤੇ ਖੁੱਲ੍ਹੀ ਵਿਚਾਰ ਇਸ ਗੱਲ ਨੂੰ ਲੈ ਕੇ ਰੱਖਦੇ ਨੇ ਵੀ ਇੱਕ ਤਾਂ ਕੱਟੜਤਾ ਦੇ ਨਾਲ, ਦੂਜੇ ਪਾਸੇ ਗੱਲ ਇਹ ਹੈ ਵੀ ਜਿਹੜਾ ਰਾਮ ਨੂੰ ਲਿਆਉਣ ਦੀ ਗੱਲ ਕੀਤੀ ਜਾਂਦੀ ਹੈ, ਰਾਮ ਤਾਂ ਲਿਆਉਣ ਵਾਲਾ ਕੌਣ ਹੈ? ਖੈਰ ਉਹ ਤਾਂ ਮੈਂ ਵੀ ਵਾਰੀ ਵਾਰੀ ਸਵਾਲ ਚੁੱਕਦਾ ਹੁੰਦਾ ਵੀ ਅਸੀਂ ਭਗਵਾਨ ਨੂੰ ਨਹੀਂ ਲਿਆ ਸਕਦੇ, ਉਹ ਜਦੋਂ ਸ੍ਰਿਸ਼ਟੀ ਚਲਾਉਂਦੇ ਨੇ, ਚਾਹੇ ਰਾਮ ਦੀ ਗੱਲ ਹੋਵੇ, ਚਾਹੇ ਵਾਹਿਗੁਰੂ ਦੀ, ਅੱਲਾਹ ਦੀ, ਚਾਹੇ ਮਸੀਹ ਦੀ ਕਰਦੇ ਹਾਂ, ਆਪਾਂ ਕਿਸੇ ਦੀ ਵੀ ਗੱਲ ਕਰਦੇ ਹਾਂ। ਯੋਗੇਸ਼ ਜੀ ਦੇਖਿਆ ਜਾਵੇ ਇੰਨੀ ਜਿਹੜੇ ਪੂਰਾ ਮਾਹੌਲ ਚੱਲ ਰਿਹਾ,
ਐਜ਼ ਏ ਹਿੰਦੂ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ, ਤੁਸੀਂ ਕੀ ਸੋਚਦੇ ਹੋ ਵੀ ਹੁਣ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋ ਜੂਗੀ ਜਾਂ ਹੋ ਗਈ ਆ ਅਤੇ ਉਹਦੇ ਨਾਲ ਸਭ ਕੁਛ ਠੀਕ ਹੋ ਜੂਗਾ? ਨਹੀਂ ਦੇਖੋ ਜੀ, ਤੁਸੀਂ ਸਹੀ ਮਨ 'ਚ ਮਾਇਨੇ 'ਚ ਪੁੱਛੋ ਨਾ, ਜਿਹੜਾ ਐਕਚੁਅਲ 'ਚ ਰਾਮਚੰਦਰ ਮਹਾਰਾਜ ਸੀ, ਠੀਕ ਹੈ ਆਪਾਂ ਕਹਿ ਦਿੰਦੇ ਹਾਂ, ਅਤੇ ਹਰ ਇਨਸਾਨ ਰਾਮ ਰਾਜ ਚਾਹੁੰਦਾ, ਅਤੇ ਜੇ ਤੁਸੀਂ ਜਿਹੜੇ ਗ੍ਰੰਥ ਪੜ੍ਹੇ ਹੋਵੇ ਕਿਸੇ ਨੇ ਰਮਾਇਣ ਦੇਖੀ ਹੋਵੇ, ਉਹਨੂੰ ਸੀਤਾ ਮਾਤਾ ਨੂੰ ਪ੍ਰਭੂ ਰਾਮ ਨੇ ਜਦੋਂ ਉੱਥੋਂ ਬਨਵਾਸ ਦਿੱਤਾ ਸੀਗਾ, ਬਨਵਾਸ ਨਹੀਂ ਸੀਤਾ ਮਾਤਾ ਨੂੰ ਜਦੋਂ ਸਮਝ ਲਓ ਬਨਵਾਸ ਹੀ ਕਹਿ ਲਓ, ਚਲੋ ਆਪਣਾ ਜਦੋਂ ਕੁਟੀਆ 'ਚ ਉਹ ਭਗਵਾਨ ਵਾਲਮੀਕਿ ਜੀ ਕੋਲ ਲਵ ਕੁਸ਼ ਜਿੱਥੇ ਹੋਏ ਸੀ ਭੇਜਿਆ ਸੀਗਾ, ਉਹ ਜੇ ਉਹਨੂੰ ਬਰੀਕੀ ਨਾਲ ਦੇਖੋ ਨਾ, ਇੱਕ ਮਰਿਆਦਾ ਪੁਰਸ਼ੋਤਮ ਰਾਜ ਕੀ ਮਤਲਬ ਹੈ, ਇੱਕ ਰਾਜਾ ਦਾ ਦਾਇਤਵ ਬਣਦਾ ਪਹਿਲਾਂ ਆਪਣੀ ਪ੍ਰਜਾ ਲਈ, ਉਹਨਾਂ ਨੇ ਦੇਖਿਆ ਕਿ ਪ੍ਰਜਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਨਾ ਛਿੜੇ, ਮੇਰੀ ਪ੍ਰਜਾ ਕਿਸੇ ਵੀ ਤਰ੍ਹਾਂ ਦੀ ਦੁੱਖ ਨਾ ਆਵੇ, ਕੋਈ ਸਵਾਲ ਨਾ ਖੜਾ ਹੋਵੇ, ਤਾਂ ਇਸ ਲਈ ਉਹਨਾਂ ਨੇ ਉਹ ਸਹੀ ਸਮਝਿਆ, ਜੋ ਇੱਕ ਰਾਜਾ ਦਾ ਦਾਇਤਵ ਬਣਦਾ ਉਹਦਾ ਫਰਜ਼ ਬਣਦਾ ਆਪਣੀ ਪ੍ਰਜਾ ਪਹਿਲਾਂ, ਰਾਜਾ ਇੱਕ ਪਿਓ ਹੁੰਦਾ ਅਤੇ ਪ੍ਰਜਾ ਉਹਦੇ ਬੱਚਿਆਂ ਦੇ ਸਮਾਨ ਹੁੰਦੀ ਹੈ, ਉਹਦਾ ਸਭ ਤੋਂ ਪਹਿਲਾਂ ਕੁਰਸੀ ਦਾ ਉਹ ਦਾਇਤਵ ਹੁੰਦਾ, ਉਹਨਾਂ ਨੇ ਉਸ ਚੱਕਰ 'ਚ ਉਹ ਕਰਿਆ ਸੀਗਾ। ਅਤੇ ਅੱਜ ਜਿਹੜਾ ਘਨੱਈਆ ਮਿੱਤਲ ਕਹਿ ਰਹੇ ਨੇ ਵੀ ਮੋਦੀ ਜੀ ਅਤੇ ਯੋਗੀ ਜੀ ਲੈ ਕੇ ਆਏ ਨੇ, ਤਾਂ ਉਹਨਾਂ ਨੂੰ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਵੀ ਜੇ ਅੱਜ ਪ੍ਰਭੂ ਰਾਮ ਹੁੰਦੇ ਤਾਂ ਜਿਹਨਾਂ ਨੂੰ ਇਹ 80 ਕਰੋੜ ਲੋਕਾਂ ਨੂੰ ਇਹ ਭੋਜਨ ਦੇ ਰਹੇ ਆ, ਤਾਂ ਉਹ ਪ੍ਰਭੂ ਰਾਮ ਚਾਹੁੰਦੇ ਕਿ ਮੈਨੂੰ ਇੰਨਾ ਪੈਸਾ ਲਾ ਕੇ ਮੇਰੇ ਲਈ ਤੁਸੀਂ ਮਹਿਲ ਖੜਾ ਕਰੋ, ਅਤੇ ਮੇਰੀ ਪ੍ਰਜਾ ਜਿਹੜੀ 80 ਕਰੋੜ ਹੈਗੀ ਹੈ ਅਤੇ ਉਹ ਰੋਟੀ ਲਈ ਵੀ ਸਮਰਥ ਨਹੀਂ ਹੈ, ਉਹਨੂੰ ਇੱਕ ਸ਼ਬਦ ਨਹੀਂ ਮੈਂ ਵਰਤਣਾ ਚਾਹੁੰਦਾ ਵੀ ਜਿਹੜੀ ਸਰਕਾਰ 80 ਕਰੋੜ ਬੰਦਿਆਂ ਨੂੰ ਰੋਟੀ ਦੇ ਰਹੀ ਆ, ਉਹਨਾਂ ਨੂੰ ਇੰਨਾ ਕੁਛ ਨਹੀਂ ਦੇ ਸਕੀ, ਇੰਨਾ ਸਮਰਥ ਨਹੀਂ ਕਰ ਸਕੀ ਕਿ ਉਹ ਆਪ ਕਮਾ ਕੇ ਖਾ ਸਕ। ਕਿੰਨੀ ਪਾਪੂਲੇਸ਼ਨ 140 ਕਰੋੜ, ਅੱਧ ਨਾਲੋਂ ਵੱਧ 70 ਕਰੋੜ ਹੁੰਦੀ ਆ, 80 ਕਰੋੜ ਨੂੰ ਤੁਸੀਂ ਉਹ ਦੇ ਰਹੇ ਹੋ, ਜਾਂ ਤਾਂ ਤੁਸੀਂ ਉਹ ਦੇ ਨਹੀਂ ਰਹੇ, ਜੇ ਦੇ ਰਹੇ ਹੋ ਤਾਂ ਵੀ ਤੁਸੀਂ ਗਲਤ ਹੋ, ਜਾਂ ਫਿਰ ਉਹਨਾਂ ਤੱਕ ਪਹੁੰਚ ਨਹੀਂ ਰਹੀ ਉਸ ਤੋਂ। ਪਰ ਇਹਦੇ 'ਚ ਗੱਲ ਇਹ ਹੈ ਵੀ ਜਿਵੇਂ ਮੋਦੀ ਨੂੰ ਦਿਖਾਇਆ ਜਾ ਰਿਹਾ ਜਾਂ ਇੱਕ ਹਿੰਦੂ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਆ, ਇਹ ਮੇਰੇ ਸਵਾਲ ਉਹੀ ਆ ਦੁਬਾਰੇ ਜਿਹੜਾ ਮੈਂ ਪਹਿਲਾਂ ਪੁੱਛਿਆ, ਰਾਮਲਲਾ ਤੋਂ ਬਾਅਦ ਸਾਰੀਆਂ ਸਮੱਸਿਆਵਾਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ? ਹਰ ਇੱਕ ਬੰਦਾ ਕਹਿ ਰਿਹਾ ਕਿ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਹੈ, ਚਲੋ ਠੀਕ ਹੈ ਇੱਕ ਜਦੋਂ ਆਪਾਂ ਕੋਈ ਸਥਾਪਨਾ ਕਰਦੇ ਹਾਂ ਕਿਸੇ ਮੂਰਤੀ ਦੀ ਤਾਂ ਪ੍ਰਾਣ ਪ੍ਰਤਿਸ਼ਠਾ ਹੁੰਦੀ ਆ, ਪਰ ਗੱਲ ਇਹ ਹੈ ਵੀ ਇੱਕ ਤਰ੍ਹਾਂ ਦਾ ਮਾਹੌਲ ਇਸ ਤਰ੍ਹਾਂ ਦਾ ਸਜ ਗਿਆ ਵੀ ਹੁਣ ਹੀ ਆਏ ਨੇ, ਰਾਮ ਤਾਂ ਰਾਮ ਪਹਿਲਾਂ ਇਹਦਾ ਮਤਲਬ ਨਹੀਂ ਸੀ। ਨਹੀਂ ਤੁਸੀਂ ਇਹ ਦੇਖੋ ਜੀ, ਜਿਹੜਾ ਪਰਮਾਤਮਾ ਤੁਸੀਂ ਕੀ ਕਹਿੰਦੇ ਹੋ, ਆ ਤੁਸੀਂ ਹੁਣੇ ਗੱਲ ਕਹਿ ਕੇ ਹਟੇ ਹੋ, ਪਰਮਾਤਮਾ ਕਿਤੇ ਹੋਣਾ ਹੈ, ਉਹ ਤਾਂ ਯੁਗਾਂ ਯੁਗਾਂ ਤੋਂ ਚੱਲਣ ਆ ਰਿਹਾ, ਉਹ ਕਿਤਾ ਜੋਤ ਦਾ ਰੂਪ ਹੈ। ਜੇ ਤੁਸੀਂ ਕਹੋ ਨਾ ਵੀ ਹਰ ਇੱਕ ਧਰਮ 'ਚ ਲਿਖਿਆ ਹੋਇਆ ਵੀ ਨਾ ਤਾਂ ਉਹਦਾ ਕੋਈ ਰੂਪ ਹੈ, ਨਾ ਕੋਈ ਆਕਾਰ ਹੈ, ਨਾ ਉਹਦਾ ਕੋਈ ਰੰਗ ਹੈ, ਉਹ ਇੱਕ ਜੋਤ ਹੈ, ਤੁਸੀਂ ਉਰੇ ਖੜ੍ਹੇ ਹੋ ਨਾ। ਮੈਂ ਇਹ ਚੀਜ਼ ਇਹ ਨਹੀਂ ਕਹਿ ਰਿਹਾ ਵੀ ਮੈਂ ਕੋਈ ਤੁਹਾਨੂੰ ਕਹਿ ਰਿਹਾ, ਮੈਂ ਤੁਹਾਨੂੰ ਨਾ ਇੱਥੇ ਪੰਜਾਬ 'ਚ ਰਹਿੰਦੇ ਆਪਾਂ ਧੰਨਾ ਭਗਤ ਸੁਣਿਆ ਨਾ, ਉਹਦੇ ਪੱਥਰ 'ਚ ਰੱਬ ਪਾ ਲਿਆ ਸੀ, ਮੈਂ ਤੁਹਾਨੂੰ ਗਰੰਟੀ ਦਿੰਦਾ ਇਸ ਚੀਜ਼ ਦੀ, ਤੁਸੀਂ ਇੱਥੋਂ ਇੱਕ ਪੱਤਾ ਚੱਕ ਲਓ, ਉਹ ਪੱਤੇ ਨੂੰ ਰੱਖ ਲਓ, ਸ਼ਰਧਾ ਨਾਲ ਦਿਲੋਂ ਉਹਦੇ ਨਾਲ ਗੱਲ ਕਰੋ, ਠੀਕ ਹੈ। ਆਪਾਂ ਕਹਿੰਦੇ ਹਾਂ ਵੀ ਤੁਸੀਂ ਗੁਰਸਿੱਖ ਸਰਦਾਰ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਮਾਨਤਾ ਦਿੰਦੇ ਹਾਂ, ਅੱਛੀ ਗੱਲ ਹੈ, ਪਰ ਇੱਕ ਗੱਲ ਕਰਦੇ ਹਾਂ ਵੀ ਜੇ ਤੁਸੀਂ ਸ਼ਰਧਾ ਨਾਲ, ਜੇ ਤੁਸੀਂ ਗੁਰੂ ਘਰ ਜਾ ਕੇ ਵੀ ਉੱਥੇ ਲੜਾਈਆਂ ਹੁੰਦੀਆਂ ਗੋਲਕਾਂ ਪਿੱਛੇ ਜਾਂ ਕੁਛ, ਤਾਂ ਤੁਸੀਂ ਉਹ ਗੁਰੂ ਦੇ ਕੋਲ ਜਾ ਕੇ ਵੀ ਤੁਸੀਂ ਕੁਛ ਨਹੀਂ ਸਿੱਖਿਆ। ਇੱਕ ਬੰਦਾ ਜਿਹੜਾ ਰਾਹ 'ਤੇ ਜਾ ਰਿਹਾ, ਉਹਨੇ ਰੋਡ 'ਤੇ ਇੱਕ ਦੇਖਿਆ ਵੀ ਕੋਈ ਗਰੀਬ ਖੜ੍ਹਾ, ਉਹਨੂੰ ਰੋਟੀ ਖਵਾਤੀ, ਜਾਂ ਕੋਈ ਬਿਮਾਰ ਆ ਉਹਨੂੰ ਦਵਾਈ ਲੈਤੀ, ਜਾਂ ਕੋਈ ਵਿਚਾਰਾ ਠੰਡ 'ਚ ਬੈਠਾ ਉਹਨੂੰ ਕੰਬਲ ਦਿੱਤਾ, ਅਸਲੀ ਇਨਸਾਨ ਤਾਂ ਉਹੀ ਹੈ ਨਾ। ਧਰਮ ਵੀ ਬਾਬਾ ਨਾਨਕ ਵੀ ਆਪਾਂ ਨੂੰ ਇਹੀ ਸਿਖਾਉਂਦੇ, ਬਾਬਾ ਨਾਨਕ ਨੇ ਜਦੋਂ 20 ਰੁਪਏ ਲੰਗਰ ਚਲਾਇਆ ਸੀ, ਉਹਦੇ ਜਾਣ ਲੱਗੇ ਜਦੋਂ ਸਾਧੂਆਂ ਨੇ ਲੰਗਰ ਖੜਾਇਆ ਸੀ, ਅੱਜ ਤੱਕ ਕਦੇ ਉਹ ਪੁੱਛਿਆ ਕਿਸੇ ਨੇ ਵੀ ਉਹ ਪੰਡਿਤ ਸੀ, ਬ੍ਰਾਹਮਣ ਸੀ, ਮੁਸਲਮਾਨ ਸੀ, ਉਹ ਸਾਧੂ ਕੌਣ ਸੀਗੇ? ਨਹੀਂ ਪਤਾ ਨਾ।
ਅੱਜ ਤੱਕ ਨਹੀਂ ਪਤਾ, ਸਿਰਫ ਆਪਾਂ ਨੂੰ ਇਹ ਪਤਾ ਵੀ ਬਾਬੇ ਨਾਨਕ ਸਾਧੂਆਂ ਨੇ ਲੰਗਰ ਖਲਿਆ ਸੀ। ਜ਼ਿਆਦਾ ਇਹ ਰੌਲੇ ਦਾ ਭਾਵ ਤੁਸੀਂ ਕੀ ਸਮਝਦੇ ਹੋ ਵੀ ਇਹ ਕਿਉਂ ਪੂਰਾ ਇਹ ਇੱਕ ਇਸ ਤਰ੍ਹਾਂ ਦਾ ਬਿਰਤਾਂਤ ਕਿਉਂ ਰਚਿਆ ਗਿਆ? ਭਾਅ ਜੀ ਲੋਕਾਂ ਨੂੰ ਬੱਚੇ ਬੱਚੇ ਨੂੰ ਪਤਾ ਹੈ ਵੀ ਇਹ ਸੱਤਾ ਕਰੀ ਜਾ ਰਹੀ ਹੈ, ਮੈਂ ਤੁਹਾਨੂੰ ਦੱਸਾਂ, ਪਰ ਲੋਕ ਡਰਦੇ ਨੇ ਵੀ ਜਾਂ ਤਾਂ ਕੁਛ ਭਾਵੁਕ ਹੋ ਕੇ ਵੀ ਧਰਮ ਦੇ ਨਾਂ 'ਤੇ ਵੀ ਹਾਂ ਵੀ ਘੁਮਾ ਦੇਣਗੇ ਗੱਲ ਨੂੰ ਵੀ ਨਹੀਂ ਜੀ ਰਾਮ। ਮੈਂ ਕਹਿੰਦੇ ਰਾਮ ਤਾਂ ਸਭ ਦੇ ਦਿਲ 'ਚ ਆ, ਮੈਂ ਹਿੰਦੂ ਬ੍ਰਾਹਮਣ ਪਰਿਵਾਰ ਤੋਂ ਹਾਂ, ਮੇਰਾ ਜਨਮ ਬਾਲਾ ਜੀ ਮਹਾਰਾਜ ਦੇ ਉੱਥੋਂ ਮੇਰੇ ਮਾਂ ਪਿਓ ਨੇ ਮੈਨੂੰ ਤੋਂ ਮੰਗਿਆ ਸੀ, ਮੰਗਲਵਾਰ ਦਾ ਮੇਰਾ ਜਨਮ ਹੈ, ਠੀਕ ਹੈ ਜੀ। ਮੈਂ ਕਹਿੰਦਾ ਮੇਰੇ ਬੱਚੇ ਰੋਜ਼ ਰਾਤ ਨੂੰ ਹਨੂੰਮਾਨ ਚਾਲੀਸਾ ਕਰਕੇ ਸੁਣਦੇ ਆ, ਮੈਂ ਕਿ ਤੁਹਾਨੂੰ ਢੋਲ, ਤੁਸੀਂ ਗੁਰੂ ਘਰ ਜਾਂਦੇ ਹੋ ਜਾਂ ਮੰਨ ਲਓ ਪਾਠ ਕਰਦੇ ਹੋ ਜਾਂ ਵੀ ਸਾਹਿਬ ਜਪਦੇ ਹੋ, ਤੁਸੀਂ ਕਿ ਢੋਲ ਜਾਓ ਆ ਕੇ ਤੁਸੀਂ ਕਹੋਗੇ ਵੀ ਮੈਂ ਆਹ ਕਰਦਾ ਮੈਂ ਉਹ ਕਰਦਾ, ਥੋੜ੍ਹਾ ਕਿਸੇ 'ਤੇ ਬੱਚਿਆਂ ਨੂੰ ਸਿਖਾਓਗੇ ਨਾ, ਤੁਸੀਂ ਆਪਣੇ ਬੱਚਿਆਂ ਨੂੰ ਵੀ ਸਿਖਾਉਂਦੇ ਹੋ, ਤੁਹਾਡੇ ਘਰ ਬੱਚੇ ਤੁਹਾਡਾ ਪਾਠ ਸਵੇਰੇ ਸ਼ਾਮ ਪਾਠ ਕਰਦੇ ਆ, ਤੁਸੀਂ ਉੱਥੇ ਕੈਮਰਿਆਂ 'ਤੇ ਜਾ ਕੇ ਤੁਸੀਂ ਦਿਖਾ ਦਿੱਤਾ ਨਹੀਂ? ਨਹੀਂ ਭਾਵ ਤਾਂ ਵੀ ਭਾਵ ਤਾਂ ਸਿੱਧੀ ਜੀ ਗੱਲ ਵੀ ਸੱਤਾ ਕਰੀ ਜਾ ਰਹੀ ਹੈ। ਮੈਂ ਤਾਂ ਇਹ ਪੁੱਛਦਾ ਹਾਂ, ਇੱਕ ਬੰਦਾ ਕਹਿੰਦਾ ਜੀ ਮੇਰਾ 56 ਇੰਚ ਦਾ ਸੀਨਾ ਹੈ, ਉਹ 56 ਇੰਚ ਦੇ ਸੀਨੇ ਵਾਲਿਆਂ ਨੇ 10 ਸਾਲ ਹੋ ਗਏ ਕਦੇ ਮੀਡੀਆ ਦੇ ਸਾਹਮਣੇ ਨਹੀਂ ਆਇਆ, ਉਹ 56 ਸੀਨੇ ਵਾਲੇ ਦਾ ਸੀਨਾ ਕਿੱਥੇ ਹੈ? ਕਿ ਉਹਦਾ ਜਵਾਬ ਦੇਣਾ ਕੋਈ ਫਰਜ਼ ਨਹੀਂ ਬਣਦਾ? ਉਹ ਕਹਿੰਦੇ 80 ਕਰੋੜ ਦਾ ਸੀ, ਉਹਨੂੰ ਇਹਦੇ ਗੱਲ ਦਾ ਜਵਾਬ ਨਹੀਂ ਦਊਗਾ, 80 ਕਰੋੜ ਬੰਦਾ ਸਮਰਥੀ ਨਹੀਂ, ਇਹਦਾ ਮਤਲਬ ਦੇਣਾ ਸੀ ਉਹਦਾ ਜਵਾਬ ਨਹੀਂ ਦਊਗਾ, ਉਹ ਛੱਡੋ। ਮੈਂ ਕਹਿੰਦਾ ਬੰਦੇ ਨੇ ਕਿਹਾ ਸੀ ਮੈਨੂੰ 100 ਦਿਨ ਦੇ ਦਿਓ, 100 ਦਿਨ ਬਾਅਦ ਮੈਨੂੰ ਚੌਂਕ 'ਤੇ ਖੜ੍ਹਾ ਕੇ ਫਾਂਸੀ ਦੇ ਦਿਓ, ਫਿਰ ਉਹ ਫਾਂਸੀ ਦੀ ਤਾਂ ਕੋਈ ਮੰਗ ਕਰ ਨਹੀਂ ਰਿਹਾ। ਅਤੇ ਉਹ ਅਮਿਤ ਸ਼ਾਹ ਜਿਹੜਾ ਹੈਗਾ ਜਿਹੜਾ ਕਹਿੰਦਾ ਵੀ ਹਾਂ ਉਹ ਬੰਦੀ ਸਿੰਘਾਂ ਬਾਰੇ ਵੀ ਹਾਂ ਵੀ ਜਾ ਮਾਫ਼ੀ ਮੰਗ ਲੈਣੀ ਆ ਕੁਛ, 14 ਸਾਲ ਦੀ ਜਗ੍ਹਾ 28 ਸਾਲ 32 ਸਾਲ ਉਹ ਭੁਗਤ ਚੁੱਕੇ ਨੇ, ਹੈਂ ਮਾਫ਼ੀ ਕਿਸ ਚੀਜ਼ ਦੀ ਹੁੰਦੀ ਹੈ ਜੀ? ਮੈਨੂੰ ਮੈਂ ਹੁਣ ਗੁਨਾਹ ਕਰਿਆ, ਜਿੰਨੀ ਸਜ਼ਾ ਮੇਰੀ ਬਣਦੀ ਹੈ ਮੈਂ ਮੇਰੇ ਗੁਨਾਹ ਦੀ ਸਜ਼ਾ ਦਿੱਤੀ, ਜੇ ਲਾ ਕਾਨੂੰਨ ਸੰਵਿਧਾਨ ਕਹਿੰਦਾ ਵੀ ਕਤਲ ਦੀ ਸਜ਼ਾ, ਤੁਸੀਂ ਕਤਲ ਦੀ ਸਜ਼ਾ ਦੇ ਤੀ, ਜੇ ਉਹ 14 ਸਾਲ 28 ਸਾਲ 32 ਸਾਲ ਕੱਟਣ ਤੋਂ ਬਾਅਦ ਵੀ ਕਿਸ ਚੀਜ਼ ਦੀ ਮਾਫ਼ੀ ਮੰਗਣ ਦਿੱਤੋਂ? ਸਮਝ ਨਹੀਂ ਲੱਗੀ, ਤੁਸੀਂ ਹਿੰਦੂ ਪਰਿਵਾਰ 'ਚ ਜਨਮੇ, ਹਿੰਦੂ ਹੀ ਹੋ, ਉਹਦੇ ਬਾਵਜੂਦ ਖੜ੍ਹਦੇ ਸਿੱਖਾਂ ਦੇ ਹੱਕ 'ਚ ਲੜ ਕੇ? ਨਹੀਂ ਨਹੀਂ ਸਿੱਖ ਬਹੁਤ ਲੱਗਦਾ ਹਿੰਦੂ ਤਾਂ ਡਰਦੇ ਸ਼ਾਇਦ ਗੱਲ ਨਹੀਂ ਕਰਦੇ ਹੋਣੇ ਭਾਈ ਸਾਹਿਬ। ਮੇਰੀ ਇੱਕ ਗੱਲ ਸੁਣੋ, ਆਪਾਂ ਮੈਂ ਇੱਥੇ ਆਪਾਂ ਫਤਿਹਗੜ੍ਹ ਸਾਹਿਬ ਰਹੇ ਹਾਂ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਪਣਾ ਜਨਮ ਹੋਇਆ, ਮੈਂ ਆਪਣੇ ਜਨਮ ਦੀ ਗੱਲ ਕਰਦਾ। ਸਿੱਖ ਹਿੰਦੂ ਤਾਂ ਉਰੇ ਜਦੋਂ ਕੋਈ ਪ੍ਰਭਾਤ ਫੇਰੀ ਨਿਕਲਦੀ ਨਾ, ਜਦੋਂ ਗੁਰਪੁਰਬ 'ਤੇ ਸੁਬਹਾ ਜਾਂ ਉਸ ਤੋਂ ਬਾਅਦ ਨਗਰ ਕੀਰਤਨ ਨਿਕਲਦਾ, ਉੱਥੇ ਤੁਸੀਂ ਇਹ ਦੇਖਿਓ ਕਦੇ ਮਹਿਸੂਸ ਕਰਿਓ ਜਿਹੜੀ ਸੰਗਤ ਖੜ੍ਹੀ ਹੁੰਦੀ ਹੈ ਨਾ, ਤਾਂ ਉਹ ਸੰਗਤ ਦੇ ਵਿੱਚ ਮੈਨੂੰ ਇਹ ਦੱਸ ਦਿਓ ਵੀ ਕਿਹੜਾ ਹਿੰਦੂ ਹੈ, ਕਿਹੜਾ ਸਿੱਖ ਹੈ, ਕਿਹੜਾ ਬਰਮਾ ਹੈ, ਕਿਹੜਾ ਸ਼ਰਮਾ, ਕਿਹੜਾ ਬਰਤਾ ਜੰਡੂ ਹੈ ਅਤੇ ਕਿਹੜਾ ਧਾਰੀਵਾਲ ਹੈ, ਕਿਹੜਾ ਕੁਛ ਹੈ, ਮੈਨੂੰ ਇਹ ਦੱਸ ਦਿਓ। ਉਹ ਸਿਰਫ ਸੰਗਤ ਹੁੰਦੀ ਹੈ ਉੱਥੇ, ਜਦੋਂ ਸਿਰ 'ਤੇ ਚਾਹੇ ਦਸਤਾਰ ਹੋਵੇ ਚਾਹੇ ਰੁਮਾਲ ਬੰਨਿਆ ਹੋਵੇ ਚਿੱਟਾ, ਉੱਥੇ ਇੱਕ ਦੂਜੇ ਤੋਂ ਵੱਧ ਕੇ ਸੇਵਾ ਕਰਦੇ ਆ। ਜਦੋਂ ਭਗਵਾਨ ਜਗਨਨਾਥ ਦੀ ਯਾਤਰਾ ਨਿਕਲਦੀ ਆ, ਕੋਈ ਪ੍ਰਭਾਤ ਫੇਰੀ ਰਾਮਨੌਮੀ 'ਤੇ ਨਿਕਲਦੀ ਆ, ਉੱਥੋਂ ਸਰਦਾਰ ਬੰਦੇ ਗੁਰੂ ਸਿੱਖ ਬੰਦੇ ਸਾਰੇ ਉਹਨਾਂ ਦੀ ਮਾਨ ਸਨਮਾਨ ਲਈ ਖੜੀ ਹੈ। ਹਾਂ ਕਿਸੇ ਦੀ ਚਾਹੀਦੀ ਨਹੀਂਗਾ। ਹੁਣ ਮੈਂ ਇਹ ਤਾਂ ਦੇਖਿਆ ਜਾਵੇ ਜਿਹੋ ਜਿਹਾ ਕਹਿੰਦੇ ਕਰੋੜਾਂ ਰੁਪਇਆ ਲੱਗਦਾ ਉਹ ਮੰਦਰ ਨੂੰ ਲੈ ਕੇ, ਦੇਖਿਆ ਜਾਵੇ ਚਲੋ ਉਹ ਤਾਂ ਜਿਵੇਂ ਕਹਿ ਦਈਏ ਹਰ ਇੱਕ ਚੀਜ਼ ਦੀ ਆਪਦੀ ਇੱਕ ਆਸਥਾ ਹੈ ਲੋਕਾਂ ਦੀ, ਅਤੇ ਉਦੋਂ ਬਾਅਦ ਵੀ ਜਿਵੇਂ ਹੁਣ ਆਪਾਂ ਚੰਡੀਗੜ੍ਹ ਖੜ੍ਹੇ ਹਾਂ, ਉਰੇ ਦੇ ਮੈਂ ਤੁਸੀਂ ਲਾਓ ਚੌਂਕ 'ਤੇ, ਚੌਂਕ 'ਤੇ ਸਜਾ 'ਤੇ 1000 ਟਨ ਲੱਡੂ ਵੰਡਿਆ ਜਾ ਰਿਹਾ, ਕਿੰਨਾ ਹੀ ਪੈਸਾ ਲੱਗ ਰਿਹਾ। ਤੁਸੀਂ ਕੀ ਸੋਚਦੇ ਹੋ ਕਿਹੜੇ ਇਹ ਕੌਣ ਕਰ ਰਿਹਾ ਇਹ? ਨਹੀਂ ਉਹੀ ਹੈ, ਜਗ੍ਹਾ ਜਗ੍ਹਾ ਪਾਰਟੀ ਦੇ ਬੰਦੇ ਨੇ, ਉੱਪਰੋਂ ਆਰਡਰ ਆਉਣਾ, ਉਹਨਾਂ ਨੇ ਕਹਿਣਾ ਵੀ ਭਾਈ ਜਿਹਨੇ ਵੀ ਜੋ ਵੀ ਟਿਕਟ ਦਾ ਲਾਲਚ ਹੈਗਾ ਜਿਹਨੂੰ ਵੀ ਆਹ ਕਾਕਾ ਆਹ ਚੀਜ਼ ਆਪਣਾ ਸਿਆ ਦੇ, ਇੱਥੇ ਝੰਡੀਆਂ ਹੋਣੀਆਂ ਚਾਹੀਦੀਆਂ, ਇੱਥੇ ਲੜੀਆਂ ਹੋਣੀਆਂ ਚਾਹੀਦੀਆਂ, ਇੱਥੇ ਆਹ ਹੋਣਾ ਚਾਹੀਦਾ ਪੂਰਾ ਪੈਕ। ਇਹ ਜਿਵੇਂ ਉਹ ਕਹਿੰਦੇ ਨਾ ਵੀ ਸਪੀਚ ਵੀ ਦਿੱਲੀਓਂ ਤਿਆਰ ਹੋ ਕੇ ਆਉਂਦੀ ਹੈ ਵੀ ਆਹ ਬੋਲਣਾ ਭਾਈ ਤੁਸੀਂ ਕੈਮਰੇ ਮੂਹਰੇ, MLA ਹੋਵੇ ਭਾਵੇਂ MP ਹੋਵੇ ਜਿਹੜੇ ਸੱਤਾ ਦੇ ਉੱਪਰ। ਮੈਂ ਤਾਂ ਇਹ ਦੇਖਦਾ ਜੀ ਜਿਹਨਾਂ ਨੂੰ ਇਹ ਲੱਗਦਾ ਨਾ, ਮੈਂ ਪੂਰੇ ਸਨਾਤ ਜਿੰਨੇ ਵੀ
ਵਰਲਡ ਦੇ ਵਿੱਚ ਆਪਣੇ ਸਨਾਤੀ ਨੇ ਹੈਗੇ ਨੇ ਨਾ, ਜਿਨ੍ਹਾਂ ਨੂੰ ਇਹ ਲੱਗਦਾ ਵੀ ਬਹੁਤ ਵਧੀਆ ਗੱਲ ਹੈ। ਮੈਂ ਕਹਿੰਦਾ ਰਾਮ ਦਾ ਮੰਦਰ ਬਣਿਆ ਬਹੁਤ ਵਧੀਆ ਗੱਲ ਹੈ, ਉਹ ਆ ਰਹੇ ਨੇ ਚੰਗੀ ਗੱਲ ਹੈ, ਪਰ ਇੱਕ ਵਾਰੀ ਉਹ ਉਹਨਾਂ ਨੂੰ ਮੈਂ ਕਹੂੰਗਾ ਵੀ ਕਈ ਪੰਜਾਬ ਆ ਕੇ ਨਾ ਸਿਰਫ ਕਿਸੇ ਗੁਰਸਿੱਖ ਬੰਦੇ ਨੂੰ ਮਿਲ ਕੇ ਇਹ ਪੁੱਛ ਲੈਣ ਵੀ ਜੇ ਸੱਤਾ ਦੇ ਵਿੱਚ ਸੱਤਾਧਾਰੀ ਕੋਈ ਧਰਮ ਦੇ ਉੱਤੇ ਆਵੇ ਤਾਂ ਫਿਰ ਕੀ ਦੱਸਾਂਗਾ ਉਹਨੂੰ, ਕੋਈ ਗੁਰਸਿੱਖ ਬੰਦਾ ਦੱਸੂਗਾ ਵੀ ਪੰਜਾਬ 'ਚ ਵੀ ਇੱਕ ਧਰਮ ਦੇ ਉੱਤੇ ਜੇ ਕੋਈ ਸੱਤਾਧਾਰੀ ਬੰਦਾ ਵੀ ਕਿਉਂ ਲੱਗਦਾ ਤੁਹਾਨੂੰ ਵੀ ਕਿਉਂ ਕਿਉਂ ਇੱਥੇ ਦੇ ਉਦਾਹਰਣ ਕਿਉਂ ਐਗਜ਼ਾਮਪਲ ਹੋਣੀ? ਮੈਂ ਇੱਕ ਆਮ ਬੰਦਾ ਜਿਹੜਾ ਕਿ ਦੋ ਟਾਈਮ ਦੀ ਰੋਟੀ 'ਚ ਉਲਝਿਆ ਹੋਇਆ, ਜੇ ਨਾ ਉਲਝਿਆ ਹੁੰਦਾ ਨਾ ਤਾਂ ਤੁਸੀਂ ਇਹ ਦੇਖੋ ਜੀ, ਪਰ ਕੁਛ ਦਿਨ ਪਹਿਲਾਂ ਦਿੱਲੀ ਸੰਸਦ ਦੇ ਦਿੱਲੀ ਕੌਂਸਲਰ ਦੇ ਵਿੱਚ ਉੱਥੇ ਟੇਬਲ 'ਤੇ ਚੜ੍ਹ ਕੇ ਐਮ ਸੀ ਲੜੇ ਨੇ ਜਿਹੜੇ ਕੌਂਸਲਰ ਨੇ, ਉਸ ਤੋਂ ਬਾਅਦ ਆਹ ਚਾਰ ਦਿਨ ਪਹਿਲਾਂ ਸਾਰਿਆਂ ਨੇ ਮੀਡੀਆ ਨੇ ਕਵਰੇਜ ਕੀਤਾ 17 ਹੋਇਆ। ਤੁਸੀਂ ਇਹ ਦੇਖੋ ਵੀ ਆਪ ਦੇਸ਼ ਚਲਾਉਣਾ ਰਿਸਪੋਂਸੀਬਿਲਟੀ ਕਿਹਦੀ ਆ? ਇਹਨਾਂ ਦੇ ਐਮ ਸੀ, ਐਮ ਐਲ ਏ, ਐਮ ਪੀ, ਮਿਨਿਸਟਰ, ਇਹਨਾਂ ਨੇ ਤੁਸੀਂ ਤਾਂ ਇਹ ਦੇਖੋ ਜਿਹੜੀ ਜਾਨਵਰਾਂ ਦੀ ਤਰ੍ਹਾਂ ਇੱਕ ਗਲੀ 'ਚ ਗਵਾਰ ਬੱਚੇ ਹੁੰਦੇ ਆ ਨਾ ਜਿਨ੍ਹਾਂ ਨੂੰ ਕੋਈ ਅਕਲ ਨਹੀਂ, ਉਹ ਮੈਂ ਲੜਦੇ ਆ, ਕੀ ਤੁਸੀਂ ਇਹ ਤੋਂ ਉਮੀਦ ਕਰੋਗੇ, ਇਹਨਾਂ ਤੋਂ ਉਮੀਦ ਕਰੋਗੇ ਵੀ ਤੁਹਾਨੂੰ ਆ ਕੇ ਸੁਣ? ਪਰ ਕਿਤੇ ਨਾ ਕਿਤੇ ਆਪਣੇ ਦੇਸ਼ ਦੇ ਲੋਕ ਵੀ ਨਾ ਰਿਸਪੋਂਸੀਬਿਲਟੀ ਉਹਨਾਂ ਦੀ ਵੀ ਆ, ਜਦੋਂ ਸਭ ਕੁਝ ਦਿਖ ਰਿਹਾ ਨਾ ਉਹਨਾਂ ਨੂੰ ਪਰ ਉਹ ਮੂਹਰੇ ਆ ਕੇ ਕੁਛ ਉਹ ਨਹੀਂ ਕਰਦੇ। ਜਦੋਂ ਕਿਸੇ ਨੂੰ ਤਕਲੀਫ ਹੁੰਦੀ ਹੈ ਨਾ ਫਿਰ ਅਗਲਾ ਕਹਿੰਦਾ ਸਾਡੇ ਦੇਸ਼ ਦਾ ਕਾਨੂੰਨ ਵਿਵਸਥਾ ਖਰਾਬ ਆ, ਮੈਡੀਕਲ ਵਿਵਸਥਾ ਖਰਾਬ ਆ। ਤੁਸੀਂ ਆਓ ਤਾਂ ਸਹੀ, ਇਕੱਠੇ ਤਾਂ ਆਓ, ਤੁਹਾਨੂੰ ਤਾਂ ਕੋਈ ਪਾਰਟੀਬਾਜ਼ੀ ਦੇ, ਕਿੰਨੇ ਕੁ ਪਾਪੂਲੇਸ਼ਨ ਹੈ ਉਹ ਚਾਰ ਪਾਰਟੀਆਂ ਨੇ, ਕੋਈ ਕਾਂਗਰਸੀ ਆ, ਕੋਈ ਅਕਾਲੀ ਆ, ਕੋਈ ਬੀਜੇਪੀ ਵਾਲਾ, ਕੋਈ ਆਪ ਵਾਲਾ, ਉਹ ਵੰਡਤੇ। ਫਿਰ ਜਿਹੜੇ ਨਹੀਂ ਵੰਡੇ ਗਏ, ਕੋਈ ਹਿੰਦੂ ਆ, ਕੋਈ ਮੁਸਲਿਮ ਆ, ਕੋਈ ਸਿੱਖ ਹੈ, ਕੋਈ ਈਸਾਈ ਆ, ਉਹ 'ਚ ਵੰਡਤੇ। ਫਿਰ ਬਾਕੀ ਰਹਿ ਗਏ ਉਹ ਅਮੀਰ ਗਰੀਬ 'ਚ ਵੰਡਤੇ, ਐਂ ਤਾਂ ਟੁਕੜੇ ਕਰੇ ਪਏ ਨੇ। ਪਰ ਇਹ ਲੱਗਦਾ ਨਹੀਂ ਵੀ ਜਿਵੇਂ ਹੁਣ ਸਾਰਿਆਂ ਨੂੰ ਲੱਗਦਾ ਵੀ ਕਹਿੰਦੇ ਜੇ ਮੋਦੀ ਨਾ ਹੁੰਦਾ ਸ਼ਾਇਦ ਮੰਦਰ ਨਹੀਂ ਸੀ ਬਣਨਾ? ਜਿਹੜੇ ਸ਼ੰਕਰਾਚਾਰਿਆ ਨੇ ਨਾ ਉਹਨਾਂ ਨੇ ਡਿਟੇਲ 'ਚ ਦੱਸਿਆ, ਇਹਨਾਂ ਨੇ ਜਿੰਨਾ ਉਹਨਾਂ ਨੇ ਕੋਰਟ ਦੇ ਵਿੱਚ ਉਹਦੇ ਵਾਸਤੇ ਫਾਈਟ ਕਰੀ ਆ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ ਮੈਂ ਤੁਹਾਨੂੰ ਚਾਹੇ ਦੇਖੋ, ਚਲੋ ਇੱਕ ਚੀਜ਼ ਹੋਰ ਦੱਸੋ, ਤੁਸੀਂ ਸ਼ੰਕਰਾਚਾਰਿਆ ਦਾ ਜ਼ਿਕਰ ਕਰਿਆ, ਸ਼ੰਕਰਾਚਾਰਿਆ ਚਾਰ ਰੌਲਾ ਪਾ ਰਹੇ ਨੇ ਵੀ ਠੀਕ ਨਹੀਂ, ਠੀਕ ਨਹੀਂ, ਠੀਕ ਨਹੀਂ, ਉਹਨਾਂ ਨੂੰ ਲੈ ਕੇ ਬਹੁਤ ਸਾਰੇ ਲੋਕ ਉਹਨਾਂ 'ਤੇ ਵੀ ਸਵਾਲ ਚੁੱਕ ਰਹੇ ਨੇਗੇ, ਕੀ ਸਮਝਦੇ ਹੋ ਵੀ ਇੱਕ ਸ਼ੰਕਰਾਚਾਰਿਆ ਜਦੋਂ ਇਹ ਗੱਲ ਕਹਿ ਰਹੇ ਨੇ ਉਹਨਾਂ ਨੂੰ ਜਿਸ ਤਰ੍ਹਾਂ ਦੇ ਨਾਲ ਲੋਕ ਸਵਾਲ ਚੁੱਕ ਰਹੇ ਨੇ ਉਹ ਸਹੀ ਆ? ਸ਼ੰਕਰਾਚਾਰਿਆ ਨੂੰ, ਸ਼ੰਕਰਾਚਾਰਿਆ ਨੂੰ ਸਵਾਲ ਵੀ ਜੋ ਉੱਪਰ ਜੋ ਗੋਦੀ ਮੀਡੀਆ ਕਹਿ ਰਿਹਾ ਨਾ, ਜੋ ਲਿਖ ਕੇ ਭੇਜ ਰਿਹਾ, ਉਹੀ ਪੁੱਛਿਆ ਜਾ ਰਿਹਾ, ਵਾਰ ਵਾਰ ਉਕਸਾਇਆ ਜਾ ਰਿਹਾ। ਉਹ ਸ਼ੰਕਰਾਚਾਰਿਆ ਸਾਫ਼ ਕਹਿ ਰਹੇ ਨੇ ਵੀ ਤੁਸੀਂ ਆਪਣੇ ਸਵਾਲ ਇੱਦਾਂ ਘੁਮਾ ਕੇ ਕਰ ਰਹੇ ਹੋ, ਚੀਜ਼ ਚਾਹੁੰਦੇ ਕਿਉਂ? ਜੋ ਮੈਂ ਕਹਿ ਰਿਹਾ ਉਹ ਤਾਂ ਤੁਸੀਂ ਦਿਖਾਉਣਾ ਵੀ ਨਹੀਂਗਾ, ਆਪਣੀ ਗੱਲ ਤੁਸੀਂ ਆਪਣੇ ਵਰਡ ਆਪਣੇ ਸ਼ਬਦ ਤੁਸੀਂ ਮੇਰੇ ਮੂੰਹ 'ਚ ਪਾ ਰਹੇ ਹੋ, ਇਹ ਚੀਜ਼ ਇੱਦਾਂ ਨਹੀਂ ਕਹਿੰਦੇ। ਉਹਨਾਂ ਨੇ ਵਾਰ ਵਾਰ ਕਿਹਾ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਣੀ ਚਾਹੀਦੀ ਆ, ਪਰ ਇੱਕ ਚੀਜ਼ ਆ ਜਿਹੜੀ ਚੀਜ਼ ਹੁਣ ਤੁਸੀਂ ਇਹ ਦੇਖੋ, ਉਹਨਾਂ ਨੇ ਤੁਹਾਨੂੰ ਪਤਾ ਜਿਹੜੀ ਰਾਮ ਮੰਦਰ ਰਾਮ ਲੱਲਾ ਦੀ ਮੂਰਤ ਬਣੀ ਆ ਉਹਦੇ ਨੀਚੇ ਬੇਸ 'ਤੇ ਕਮਲ ਦਾ ਕਮਲ ਦੇ ਫੁੱਲ 'ਤੇ ਖੜਾਇਆ ਉਹਨਾਂ ਨੂੰ, ਦੇਖੋ ਫਿਰ ਇੱਕ ਤਰ੍ਹਾਂ ਦਾ ਉਹਨਾਂ ਨੇ ਆਪਦਾ ਲੋਗੋ ਲਾਤਾ, ਲੋਗੋ ਹੀ ਆ ਹੋਰ ਬੀਜੇਪੀ ਦਾ। ਉਹ ਪੁਰਾਣਾ ਆਪਾਂ ਦੇਖਦੇ ਹਾਂ ਵਿਸ਼ਨੂੰ ਦੀ, ਹੋਰ ਦੇ ਦੇਖਦੇ ਹਾਂ, ਉਹ ਤਾਂ ਹੈਗਾ। ਇੱਥੇ ਇੱਥੇ ਚੰਡੀਗੜ੍ਹ ਦੇ ਵਿੱਚ ਬੋਰਡ ਲੱਗਦੇ ਆ ਬੜੇ ਬੜੇ, ਖਾਟੂ ਬਾਬਾ ਦੀ ਫੋਟੋ ਐਡੀ ਹੁੰਦੀ ਆ, ਘਨੱਈਆ ਮਿੱਤਲ ਦੀ ਫੋਟੋ ਐਡੀ ਹੁੰਦੀ ਆ, ਠੀਕ ਆ ਜੀ, ਮੋਦੀ ਦੀ ਫੋਟੋ ਐਡੀ ਆ, ਰਾਮ ਜੀ ਦੀ ਫੋਟੋ ਐਡੀ ਆ, ਅਤੇ ਰਾਮ ਜੀ ਨੂੰ ਉਹਦੇ ਉਂਗਲ ਫੜ ਕੇ ਐਂ ਚਲਾਉਂਦੇ ਆ, ਕੀ ਬਣੂਗਾ ਦੇਸ਼ ਦਾ? ਫਿਰ ਇਹ ਸਾਰੀ ਚੀਜ਼ਾਂ 'ਚ ਜੇ ਲਾਇਆ ਜਾਵੇ ਤੁਸੀਂ ਕੀ ਸਮਝਦੇ ਹੋ ਵੀ ਚਲੋ ਠੀਕ ਆ, ਆਸਥਾ ਤੌਰ 'ਤੇ ਦੇਖੋ ਭਗਵਾਨ ਦੇ ਨਾਲ ਹਰ ਕਿਸੇ ਦਾ ਸਨੇਹ ਹੁੰਦਾ, ਉਹ ਚੀਜ਼ ਆਪਾਂ ਨਹੀਂ ਉਹ ਕਰ ਸਕਦੇ, ਪਰ ਉਹਨਾਂ ਨੂੰ ਸਿਆਸੀ ਤੌਰ 'ਤੇ ਤੁਸੀਂ ਸਮਝਦੇ ਹੋ ਵੀ ਉਹਨਾਂ ਨੂੰ ਅਵੇਅਰ ਹੋਣਾ ਪਊਗਾ ਲੋਕਾਂ ਨੂੰ,
ਬਿਲਕੁਲ ਹੋਣਾ ਪਊਗਾ। ਮੈਨੂੰ ਇਹ ਦੱਸੋ, ਮੈਂ ਜਿਹੜੇ ਵੀ ਬਾਲਾ ਜੀ ਮਹਾਰਾਜ ਨੂੰ ਮੰਨਦੇ ਨੇ ਉਹਨਾਂ ਨੂੰ ਮੇਰਾ ਇੱਕ ਛੋਟਾ ਸਵਾਲ ਹੈ। ਕਨ੍ਹੱਈਆ ਮਿੱਤਲ ਹਰ ਜਗ੍ਹਾ ਸਟੇਜ ਦੇ ਉੱਤੇ ਜਾ ਕੇ ਇਹ ਕਹਿੰਦਾ ਹੈ ਵੀ ਤ੍ਰੇਤਾ ਦੇ ਵਿੱਚ ਹਨੂੰਮਾਨ ਜੀ ਨੇ ਭਗਵਾਨ ਰਾਮ ਦੇ ਰਾਜ ਤਿਲਕ ਕਰਾਇਆ ਸੀ, ਮਹਿਲਾ 'ਚ ਲੈ ਕੇ ਗਿਆ ਸੀ, ਔਰ 24 'ਚ ਮੋਦੀ ਔਰ ਯੋਗੀ ਆਏ ਨੇ। ਹਿਸਟਰੀ ਚੱਕ ਕੇ ਦੇਖ ਲਓ, ਪੋਲੀਟੀਸ਼ੀਅਨ ਆਪਣੇ ਪਿਓ ਦੇ ਨਹੀਂ ਹੋਏ ਕਦੇ, ਪੋਲੀਟੀਸ਼ੀਅਨ ਕਦੇ ਕਿਸੇ ਦੇ ਸਖੇ ਨਹੀਂ ਹੋਏ। ਜੇ ਇਹਨਾਂ ਨੂੰ ਕਨ੍ਹੱਈਆ ਮਿੱਤਲ ਨੂੰ ਇਹ ਭੁਲੇਖਾ ਨਾ ਕਿ ਅੱਜ ਪ੍ਰਾਈਮ ਮਿਨਿਸਟਰ ਯੋਗੀ ਨਾਲ ਅਤੇ ਉਹਦੇ ਨਾਲ ਰਾਸ਼ਟਰਪਤੀ ਨਾਲ ਐਮ ਪੀਆਂ ਨਾਲ ਮਿਨਿਸਟਰਾਂ ਨਾਲ ਦੀ ਫੋਟੋ ਹੈਗੀ ਆ ਵੀ ਬਹੁਤ 33 ਸਾਲ ਦੀ ਉਮਰ ਉਹਨੂੰ ਕਿੱਦਾਂ ਕਿੰਨੇ ਕੀ ਸਮਝਦੇ ਹੋ। ਉਹਨੂੰ ਮੈਂ ਇੱਕ ਵਾਰੀ ਕਹੂੰਗਾ, ਸਲਾਹ ਦਊਂਗਾ ਵੀ ਇੱਕ ਵਾਰੀ ਨਾ ਆਰਾਮ ਨਾਲ ਠੰਡੇ ਦਿਮਾਗ ਨਾਲ ਬਹਿ ਕੇ ਕਿਸੇ ਸਿਆਣੇ ਬੰਦੇ ਤੋਂ ਸਲਾਹ ਲੈ ਕੇ ਦੇਖੇ ਵੀ ਜਾਂ ਨਹੀਂ ਤਾਂ ਉਹ ਆਸਾ ਰਾਮ ਸਰਸੇ ਵਾਲੇ ਨੂੰ ਰਾਮਪਾਲ ਨੂੰ ਦੇਖੇ ਵੀ ਜਿਹੜੇ ਮਿਨਿਸਟਰ 'ਤੇ ਇਹਨਾਂ ਫੋਟੋ ਖਿਚਾਈ ਜਾਂਦੇ ਨਾ ਇਹ ਪਹਿਲਾਂ ਉਹਨਾਂ ਦੇ ਚਾਨਾਂ 'ਚ ਬੈਠੇ ਹੋਏ ਸੀ, ਜਦੋਂ ਉਹਨਾਂ ਦਾ ਕੰਮ ਨਿਕਲ ਗਿਆ ਨਾ ਅੱਜ ਉਹ ਕਿੱਥੇ ਬਿਠਾਏ ਪਏ ਆ। ਇਹਦੋਂ 33 ਸਾਲ ਦੇ ਨੂੰ ਹੋਸ਼ ਨਹੀਂ ਆਉਣੀ ਬੱਚੋਂ, ਵੀ ਸਮਝੋ ਮੇਰੀ ਗੱਲ। ਇਹ ਜਿੱਦਣ ਕਨ੍ਹੱਈਆ ਜਾਂ ਤਾਂ ਸਿੱਧੀ ਗੱਲ ਆ, ਜੇ ਤਾਂ ਉਹਦੇ ਹਿਸਾਬ ਨਾਲ ਚੱਲੂਗਾ ਮੋਦੀ ਦੇ ਹਿਸਾਬ ਨਾਲ ਤਾਂ ਠੀਕ ਹੈ, ਜੇ ਮੋਦੀ ਦੇ ਹਿਸਾਬ ਨਾਲ ਕਿੰਨੀ ਕਿਤੇ ਚੱਲੂਗਾ ਕਦੇ ਨਾ ਕਦੇ ਲੋਕਾਂ ਦੇ ਦਿਲੋਂ ਉਤਰੂਗਾ। ਉਹਨੂੰ ਸਲੀਮ ਆਇਆ ਸੀ ਇਹਦੇ ਘਰੇ, ਆਪਾਂ ਨੂੰ ਕੋਈ ਮਤਲਬ ਨਹੀਂ ਗਾ, ਅਸੀਂ ਸਲੀਮ ਦੇ ਭਜਨ ਬਚਪਨ ਤੋਂ ਸੁਣਦੇ ਆ ਰਹੇ ਹਾਂ, ਲੋਕਾਂ ਨੇ ਸੁਣਿਆ ਭੋਲੇ ਦੀ ਬਰਾਤ ਸੁਣੀ ਜਾਂ ਹਾਂ ਮੌਜ ਲੱਗ ਗਈ ਆ ਤੇਰੀ, ਮਤਲਬ ਉਹਦੇ ਭਜਨ ਸੁਣਿਆ, ਸਾਨੂੰ ਕੋਈ ਮਤਲਬ ਨਹੀਂ। ਹਮਸਰ ਹਯਾਤ ਦਿੱਲੀ ਦਾ ਉਹ ਤੋਂ ਸੁਣਿਆ, ਜਦੋਂ ਅਸੀਂ ਸੁਣਦੇ ਸੀ ਨਾ 90-80 ਦਾ 30 ਸਾਲ ਹੋ ਗਏ ਸਾਨੂੰ ਜਗਰਾਤੇ ਕਰਾਉਂਦੇ ਨੂੰ, ਇਹ ਲੋਕਾਂ ਨੂੰ ਝੂਠ ਬੋਲਦਾ ਕਹਿੰਦਾ 19 ਸਾਲ ਹੋ ਗਏ ਮੈਨੂੰ ਫ੍ਰੀ ਜਗਰਾਤੇ ਕਰਦੇ ਨੂੰ। 2005 'ਚ 45,000 'ਚ ਮੈਂ ਬੁਲਾਇਆ ਸੀ ਗੋਬਿੰਦਗੜ੍ਹ, 2005 'ਚ 45,000 ਰੁਪਏ 'ਚ ਮੈਂ ਗੋਬਿੰਦਗੜ੍ਹ ਬੁਲਾਇਆ ਸੀ। ਹਾਂ ਇਹ ਲੋਕਾਂ ਨੂੰ ਸਟੇਜਾਂ 'ਤੇ ਕਹਿੰਦਾ ਮੈਂ 19 ਸਾਲ ਹੋ ਗਏ ਫ੍ਰੀ ਜਗਰਾਤੇ ਕਰਦਾ। ਖੈਰ ਦੇਖਿਆ ਜਾਵੇ ਜਿਵੇਂ ਜੁਗੇ ਜੀ ਦੀ ਗੱਲ ਸਹੀ ਆ ਕਿ ਇਹ ਕਹਿੰਦੇ ਕਿ ਸਹੀ ਹੈ ਤਾਂ ਖੈਰ ਤੁਸੀਂ ਡਿਸਾਈਡ ਕਰੋਗੇ, ਤੁਸੀਂ ਕਮੈਂਟ ਕਰਕੇ ਆਪਣੀ ਰਾਏ ਸਾਂਝੀ ਕਰਿਓ ਵੀ ਸਹੀ ਹੈ ਜਾਂ ਨਹੀਂ ਸਹੀ ਹੈ। ਪਰ ਕਿਤੇ ਨਾ ਕਿਤੇ ਹਾਂਜੀ ਜਿਹੜੇ ਮੈਂ ਗੱਲ ਕਰ ਰਿਹਾ ਵੀ ਕਿਸੇ ਨੇ ਅੱਜ ਤੱਕ ਕਿਸੇ ਹਨੂੰਮਾਨ ਭਗਤ ਨੇ ਇਹ ਨਹੀਂ ਪੁੱਛਿਆ ਵੀ ਤੂੰ ਯਾਰ ਮੋਦੀ ਪ੍ਰਾਈਮ ਮਿਨਿਸਟਰ ਹੈ ਅਸੀਂ ਸਨਮਾਨ ਕਰਦੇ ਹਾਂ, ਠੀਕ ਹੈ ਕੁਰਸੀ ਆ ਉਹਦੀ, ਪਰ ਉਹ ਇੱਕ ਹੈ ਤਾਂ ਪੋਲੀਟੀਸ਼ੀਅਨ ਨਾ, ਤੂੰ ਬਾਲਾ ਜੀ ਮਹਾਰਾਜ ਨਾਲ ਉਹਦਾ ਕੰਪੈਰੀਜ਼ਨ ਕਰ ਰਿਹਾ, ਕੀ ਤੁੱਕ ਬਣਦਾ ਜੀ। ਉਹ ਕਹਿੰਦਾ ਸੀਤਾ ਮਾਤਾ, ਸੀਤਾ ਮਾਤਾ ਨੇ ਸਾਰੀ ਉਮਰ ਵਣ 'ਚ ਗਏ, ਉਹ ਰਹਿਣ ਨੂੰ ਉੱਥੇ ਰਹਿ ਸਕਦੇ ਸੀ ਨਾ ਮਹਿਲਾਂ 'ਚ, ਰਾਮ ਜੀ ਨੂੰ ਵਨਵਾਸ ਹੋਇਆ ਸੀ ਸੀਤਾ ਮਾਤਾ ਨੂੰ ਤਾਂ ਨਹੀਂ ਹੋਇਆ ਸੀ, ਵਨਵਾਸ ਜਾ ਸਕਦੇ ਸੀ ਉਹ ਰਹਿ ਸਕਦੇ ਸੀ ਮਹਿਲ 'ਚ ਨਹੀਂ। ਉਹਨੇ ਰਾਵਣ ਨੇ ਸੋਨੇ ਦੀ ਲੰਕਾ ਸੀ, ਉਹਨੇ ਸਭ ਕੁਝ ਦੇਣ ਨੂੰ ਉਹ ਕਰਿਆ ਕਿ ਉਹਨਾਂ ਨੇ ਆਪਣਾ ਛੱਡਿਆ ਕੁਛ, ਪਤੀ ਵਰਤਾ ਸੀਗੇ ਰਹੇ ਨਾ। ਉਸ ਤੋਂ ਬਾਅਦ ਜਦੋਂ ਰਾਮ ਜੀ ਨੇ ਉਹਨਾਂ ਨੂੰ ਕੱਢਤਾ, ਉਹ ਗੁਟ ਉੱਥੇ ਗਏ ਬਾਲਮੀਕਿ, ਉੱਥੇ ਬੱਚੇ ਹੋਏ, ਉਹਨਾਂ ਦਾ ਪਰਵਰਿਸ਼ ਉੱਥੇ ਹੋਈ। ਉਹਨਾਂ ਨੇ ਉਸ ਤੋਂ ਬਾਅਦ ਵੀ ਧਰਤੀ 'ਚ ਸਮਾਨ ਤੋਂ ਪਹਿਲਾਂ ਕਿਹਾ ਸੀ ਵੀ ਜਦੋਂ ਮੇਰਾ ਜੀਵਨ ਜ਼ਿੰਦਗੀ 'ਚ ਕਦੇ ਮੈਂ ਅਗਲਾ ਜਨਮ ਲਵਾਂ ਨਾ ਤਾਂ ਤੁਸੀਂ ਮੈਨੂੰ ਪਤੀ ਦੇ ਰੂਪ 'ਚ ਮਿਲੋ ਜਦ ਤੱਕ ਜਦੋਂ ਵੀ ਮੈਂ ਧਰਤੀ 'ਤੇ ਆਵਾਂ। ਉਹ ਪ੍ਰਭੂ ਦਾ ਨਾਰਾਇਣ ਦਾ ਰੂਪ ਸੀ, ਕ੍ਰਿਸ਼ਨ ਹੋ ਗਏ, ਇਹ ਸਭ ਅਵਤਾਰ ਨੇ, ਇਹ ਲੋਕਾਂ ਨੂੰ ਇਹ ਧਰਤੀ 'ਤੇ ਆਏ ਨੇ ਤਾਂ ਇਨਸਾਨ ਨੂੰ ਜ਼ਿੰਦਗੀ ਸਿਖਾਉਣ ਵਾਸਤੇ ਵੀ ਤੁਸੀਂ ਜ਼ਿੰਦਗੀ ਜੀਣਾ, ਜ਼ਿੰਦਗੀ ਦਾ ਫਲਸਫਾ ਇਹ ਹੈ। ਅਤੇ ਪਤਾ ਸੇਤ ਕੀ ਕਹਿੰਦਾ, ਉਹ ਸੀਤਾ ਮਾਤਾ ਕਹਿਤੀ ਹੋਗੀ ਰਾਮ ਕੋ ਵੀ ਹਮਾਰਾ ਮਹਿਲ ਕਹਾਂ ਹੈ, ਤੋ ਰਾਮ ਜੀ ਵੀ ਕਹਿਤੇ ਹੋਗੇ ਮੋਦੀ ਉਹ ਲੈ ਕੇ ਆਏ ਥੇ ਹਨੂੰਮਾਨ ਜੀ, ਔਰ ਮੋਦੀ ਉਹ ਯੋਗੀ ਲੈ ਕੇ ਆਏਗੇ ਵੀ ਸੀਤਾ ਮਾਤਾ ਦਾ। ਤੂੰ ਚਰਿੱਤਰ ਹੀ ਉਲਟਾ ਕਰਤਾ ਵੀ ਜਿਹਨੇ ਸਾਰੀ ਉਮਰ ਇਹ ਕਰਿਆ ਉਹ ਕਹਿੰਦੇ ਹੋਣਗੇ ਆਪਣੇ। ਫਿਰ ਕੱਲ੍ਹ ਨੂੰ ਜਦੋਂ ਤੁਸੀਂ ਇਹਨਾਂ ਨੂੰ ਸਵਾਲ ਪੁੱਛਦੇ ਹੋ ਨਾ ਇਹਨਾਂ ਨੂੰ, ਫਿਰ ਪਤਾ ਕੀ ਕਹਿੰਦੇ ਆ, ਬੜਾ ਸਿੰਪਲ ਜਿਹਾ ਫੰਡਾ ਇਹਦਾ, ਕੋਈ ਪੱਲਾ ਝੜਨ ਨੂੰ, ਜੇ ਤਾਂ ਅਸੀਂ ਰਾਈਟਰ ਹਾਂ, ਅਸੀਂ ਤਾਂ ਗੀਤਕਾਰ ਹਾਂ, ਅਸੀਂ ਤਾਂ ਕਲਾਕਾਰ ਹਾਂ,
ਸਾਡੀ ਤਾਂ ਕਲਪਨਾ ਹੈ, ਇਹ ਤਾਂ ਅਸੀਂ ਮਹਿਸੂਸ ਕੀਤਾ, ਕਲਪਨਾ ਕਰੀ, ਲਿਖਤਾ। ਤੁਸੀਂ ਜੋ ਮਰਜ਼ੀ ਲਿਖ ਦਿਓ, ਬਾਕੀ ਤੁਹਾਨੂੰ ਕੋਈ ਨਾ ਪੁੱਛੇ। ਖੈਰ ਜੇ ਦੇਖਿਆ ਜਾਵੇ ਸਵਾਲ ਤੁਹਾਡੇ ਬਿਲਕੁਲ ਜਾਇਜ਼ ਨੇ, ਇਸ ਚੀਜ਼ ਨੂੰ ਲੈ ਕੇ ਸਵਾਲ ਤਾਂ ਖੈਰ ਜਾਇਜ਼ ਇਸ ਕਰਕੇ ਕਹੂੰਗਾ ਕਿਉਂਕਿ ਆਪਾਂ ਹਾਂ ਆਪਾਂ ਤੁਹਾਨੂੰ ਭਜਨ ਵਾਲੇ ਜਵਾਬ ਦੇ ਦਿੰਦੇ ਹਾਂ। ਚਲੋ ਤੁਸੀਂ ਲਾਸਟ ਭਜਨ ਸੁਣਾ ਦਿਓ। ਕੌਣ ਰਾਮ ਕੋ ਲਾਏ ਹੈ, ਕੌਣ ਰਾਮ ਕੋ ਲਾਏਗੇ, ਕੌਣ ਰਾਮ ਕੋ ਲਾਏ ਹੈ, ਕੌਣ ਰਾਮ ਕੋ ਲਾਏਗੇ, ਵੋ ਖੁਦ ਨਾਰਾਇਣ ਹੈ, ਜੋ ਖੁਦ ਨਾਰਾਇਣ ਹੈ, ਮਰਜ਼ੀ ਸੇ ਆਏਗੇ, ਜੋ ਖੁਦ ਨਾਰਾਇਣ ਹੈ, ਮਰਜ਼ੀ ਸੇ ਆਏਗੇ। ਹਮ ਭਾਰਤ ਮੇ ਪਹਿਲੇ ਹਮ ਸੰਵਿਧਾਨ ਬਚਾਏਗੇ, ਭਾਰਤ ਮੇ ਪਹਿਲੇ ਹਮ ਇਨਸਾਨ ਬਚਾਏਗੇ, ਨੇਤਾ ਹੈ ਬੇਟਾ ਜਿਸਕਾ ਵੋ ਵੋਟ ਕੀ ਬਾਤ ਕਰੇ, ਨੇਤਾ ਹੈ ਬੇਟਾ ਜਿਸਕਾ ਵੋ ਵੋਟ ਕੀ ਬਾਤ ਕਰੇ, ਸਿੰਗਰ ਹੈ ਸਿੰਗਰ ਹਮ, ਸਿੰਗਰ ਹੈ ਸਿੰਗਰ ਹਮ, ਬਸ ਦਾਮ ਕੀ ਬਾਤ ਕਰੇ। ਕੋਈ ਕਹਿੰਦਾ 8 ਲੱਖ ਲੈਣਾ, ਕੋਈ ਕਹਿੰਦਾ 4 ਲੱਖ ਲੈਣਾ, ਕਹਿੰਦੇ ਜੀ 7 ਸਾਲ ਹੋ ਗਏ, ਮੈਨੂੰ 7 ਸਾਲ ਤੋਂ ਮੈਂ ਬਾਲਾ ਜੀ ਮਹਾਰਾਜ ਦਾ ਭਜਨ ਕਰ ਰਹੇ ਹਾਂ। 7 ਵਰਸ਼ ਸੇ ਗਾਇਆ ਹੈ, ਹਨੂਮਤ ਹੀ ਸੁਣਾਇਆ ਹੈ, 7 ਵਰਸ਼ ਸੇ ਗਾਇਆ ਹੈ, ਹਨੂਮਤ ਹੀ ਸੁਣਾਇਆ ਹੈ, ਬਾਲਾ ਜੀ ਕੇ ਭਗਵਾਨ ਕੋ, ਮੇਰੇ ਪਿਆਰੇ ਰਾਮਾ ਕੋ, ਵੋਟੋ ਮੈਂ ਘੁਮਾਇਆ ਹੈ, ਮੇਰੇ ਪਿਆਰੇ ਨਾਮਾ ਕੋ, ਵੋਟੋ ਮੈਂ ਘੁਮਾਇਆ ਹੈ। ਖੂਬ ਹੈ, ਖੈਰ ਦੇਖਿਆ ਜਾਵੇ ਨਾ। ਹੁਣ ਮੇਰੀ ਗੱਲ ਸੁਣੋ, ਇਹ ਕਹਿੰਦੇ ਨਾ ਵੀ ਜੇ ਕਿਸੇ ਨੂੰ ਭੁਲੇਖਾ ਹੋਵੇ ਵੀ ਇਹ ਪਤਾ ਨਹੀਂ ਕੋਈ ਕੋ ਹੈ, ਤਾਂ ਨਾ ਆਮ ਆਦਮੀ ਪਾਰਟੀ, ਨਾ ਕਾਂਗਰਸੀ, ਨਾ BJP, ਇਹ ਜਿੰਨਾ ਜਿਹੜੇ ਵੀ ਹੈ ਨਾ, ਇਹਨਾਂ ਨੇ ਦੇਸ਼ ਦਾ ਬੇੜਾ ਗਰਕ ਕਰਿਆ ਪੋਲੀਟੀਸ਼ੀਅਨਾਂ ਨੇ। ਤਾਂ ਮੈਂ ਤਾਂ ਸਾਰੇ ਵਾਸਤੇ ਕਹੂੰਗਾ ਵੀ ਇਹ ਕਹਿੰਦੇ ਨਾ ਵੀ ਮੈਨੂੰ ਕਿਸੇ ਦਾ ਕੋਈ ਮਤਲਬ ਨਹੀਂ ਹੈ, ਇਸ ਜਿੰਨੇ ਵੀ ਨੇ ਸਾਰੇ ਢੋਂਗੀ ਨੇ, ਅਤੇ ਇਹਦੇ 'ਤੇ ਮੈਂ ਕਿਹਾ ਢੋਂਗੀ ਹੀ ਆਏ ਹੈ, ਢੋਂਗੀ ਹੀ ਆਏਗੇ, ਢੋਂਗੀ ਹੀ ਆਏ ਹੈ, ਢੋਂਗੀ ਹੀ ਆਏਗੇ, ਰਾਮਾ ਤੇਰੀ ਦੁਨੀਆ ਕੋ, ਰਾਮਾ ਤੇਰੀ ਦੁਨੀਆ ਕੋ, ਬਾਲਾ ਜੀ ਚਲਾਏਗੇ। ਭਗਵਾਨ ਰਾਮ ਦੀ ਦੁਨੀਆ, ਹੁਣ ਭਗਵਾਨ ਰਾਮ ਦੀ ਦੁਨੀਆ ਹਨੂੰਮਾਨ ਜੀ ਚਲਾਉਣਗੇ, ਹੋਰ ਕੋਈ ਨਹੀਂ। ਇਹ ਕਹਿੰਦੇ ਵੋ ਸ਼ਾਮ ਕੋ ਆਏਗੇ, ਮਨ ਕੀ ਬਾਤ ਸੁਣਾਏਗੇ, ਵੋ ਸ਼ਾਮ ਕੋ ਆਏਗੇ, ਮਨ ਕੀ ਬਾਤ ਸੁਣਾਏਗੇ, 24 ਮੇਂ ਅਬ ਕੀ ਹਮ ਜਨਤਾ ਕੀ ਸੁਣਾਏਗੇ, 24 ਮੇਂ ਅਬ ਕੀ ਹਮ ਆਪਣੀ ਵੀ ਸੁਣਾਏਗੇ, ਕਾਲਾ ਧਨ ਵੀ ਲਾਏਗੇ, 15 ਲੱਖ ਦਿਲਾਏਗੇ, ਕਾਲਾ ਧਨ ਵੀ ਲਾਏਗੇ, 15 ਲੱਖ ਦਿਲਾਏਗੇ, ਸੱਤਾ ਮੇਂ ਆਤੇ ਹੀ, ਸੱਤਾ ਮੇਂ ਆਤੇ ਹੀ ਇਸ ਜੁਮਲਾ ਬਤਾਏਗੇ, ਸੱਤਾ ਮੇਂ ਆਤੇ ਹੀ। ਇੰਨਾ ਕੁਛ ਹੈ ਜੀ, ਬਹੁਤ ਕੁਛ ਹੈ। ਤੇ ਗੱਲ ਇੱਕ ਬਿਲਕੁਲ ਕਈ ਚੀਜ਼ਾਂ ਨੂੰ ਲੈ ਕੇ ਜਿਵੇਂ ਇਹਨਾਂ ਨੂੰ ਪੁਆਇੰਟ ਆਊਟ ਕਰਿਆ, ਖੈਰ ਬਹੁਤ ਲੋਕ ਬੋਲਦੇ ਨਹੀਂ ਹੈਗੇ, ਅਤੇ ਖੁਦ ਜਦੋਂ ਕਹਿ ਦਈਏ ਨਾ ਉਸ ਚੀਜ਼ ਦਾ ਅਸਰ ਅਤੇ ਉਸ ਚੀਜ਼ ਦਾ ਲੋਕ ਸੋਚਦੇ ਜ਼ਰੂਰ ਨੇ ਫਿਰ, ਕਿਉਂਕਿ ਬੇਗਾਨਾ ਕੋਈ ਜਦੋਂ ਸਵਾਲ ਚੁੱਕਦਾ ਹੈ ਉਦੋਂ ਗੱਲ ਵੱਖਰੇ ਤੌਰ 'ਤੇ ਹੁੰਦੀ ਹੈ, ਅਤੇ ਜਦੋਂ ਕੋਈ ਆਪਣਾ ਸਵਾਲ ਚੁੱਕਦਾ ਤਾਂ ਇਹਦਾ ਮਤਲਬ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੁਣ ਖੈਰ ਰਾਏ ਤੁਸੀਂ ਰੱਖੋਗੇ, ਪਰ ਨਾਲ ਇਹ ਅੱਗੇ ਗੱਲ ਇਹਨਾਂ ਨੇ ਸੱਤਾ ਤੋਂ ਲੈ ਕੇ ਉਹਨਾਂ ਦੇ ਜਿਹੜੇ ਨਾਲ ਦੇ ਸਾਥੀਆਂ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਚੁੱਕੇ ਨੇਗੇ ਕਿ ਐਕਚੁਅਲ ਦੇ ਵਿੱਚ ਕਹਾਣੀ ਹੋ ਰਿਹਾ, ਵਰਤਾਂਤ ਹੈ ਜਿਹੜਾ ਉਹ ਹੋਰ ਤਰ੍ਹਾਂ ਦਾ ਰਚਿਆ ਜਾਂਦਾ। ਸੀਨੀਅਰ ਵੀਡੀਓ ਨਿਸਟ ਮਤੇਦ ਨਾਲ ਸਮਿਤ ਸਿੰਘ ਰੋਜ਼ਾਨਾ ਸਪੋਕਸਨ TV ਚੰਡੀਗੜ੍ਹ।